है एक कीर्ति हाँ हल कर ना सका बुर जा तो उचे सवलानो एक दूध दा गड़वा हाजिर है खुद शको शकाओ लानो एक दूध दा गड़वा हाजिर है खुद शको शकाओ लानो शको शकाओ लानो ठंडा बुरज ते ककर वगदाए मेरा बस चले मैं टाल दिया ठंडा बुरज ते ककर वगदाए मेरा बस चले शको शकाओ लालानु शको शकाओ लालानु एक कीर्ति हाँ हल कर ना सका बुरजा तो उच्चे सवालानु एक दुध दा गड़बा हाजिर है खुद शको शकाओ लालानु खुद शको शकाओ लालानु वाहेगुरु जी का खालसा वाहेगुरु जी की फतेह। तुसी वेख रहे हो पंजाब 24। सो असी पहुँच चुके हैं अज गुरद्वारा मोती राम मेहरा दे जिहड़ा कि फतेहगढ़ साहिब स्थित है। यह इतिहासिक स्थान है जिथे मोती राम मेहरा ने तीन दिन पो दे दिनों दे विच माता गुजर कौर ते छोटे साहबजादियां नूं दुध की सेवा करवाई सी अपनी जिंदगी की कमाई दे के। तो सेवा तो बाद मोती राम मेहरा के पूरे परिवार को कोल्लू दे विच पीस दिता गया सी। इत्थे ओ दो गलास ने जिन्हां गलासां दे विच मोती राम मेहरा ने दुध की सेवा की सी माता गुजर कौर जी ते छोटे साहबजादियां नूं सौ दर्शन दीदारे करवांदियां अमर शहीद मोती राम मेहरा जी दे गुरद्वारा साहिब दे। खुद शको शकाओ लालानु शको शकाओ लालानु घर सदके लाल फड़ा दिते झूरेगा खोटे कर्मानु घर सदके लाल फड़ा दिते खोटे कर मानू उस गंगू था जे मैं हुंदा हंजुआ नाल तौंदा चरनानू रब वांगू तैनू पूजदा मैं रब वांगू तैनू पूजदा मैं पलकां ते दूध दा गड़वा हाजिर है खुद शको शकाओ लालानु शको शकाओ लालानु। सो गुरु प्यारी साध संगत जी तुसी दर्शन दीदारे कर सकते हो उन्हां गिलासां दे जिन्हां गिलासां दे विच बाबा मोती राम मेहरा जी ने दुध पिलाया सी माता गुजर कौर जी ते छोटे साहबजादियां नूं। ए बच्चा माँ तेरे चरना विच हुण बहुती देर नी बै सकदा ए बच्चा माँ तेरे चरना विच हुण बहुती देर नी बै सकदा बद किस्मतों चलो घर मेरे
ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਪਹੁੰਚ ਚੁੱਕੇ ਹਾਂ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਅਮਰ ਸ਼ਹੀਦ ਮੋਤੀ ਰਾਮ ਜੀ ਦੇ ਗੁਰਦੁਆਰਾ ਸਾਹਿਬ ਵਿੱਚ। ਇਹੋ ਇਤਿਹਾਸਿਕ ਸਥਾਨ ਹੈ ਜਿੱਥੇ ਮੋਤੀ ਰਾਮ ਜੀ ਦਾ ਗੁਰਦੁਆਰਾ ਸਾਹਿਬ ਹੈ, ਜਿੱਥੇ ਉਹ ਗਿਲਾ ਸਥਿਤ ਨੇ ਜਿਹੜੇ ਕਿ ਬਾਬਾ ਜੀ ਦੁੱਧ ਪਿਲਾਉਂਦੇ ਰਹੇ ਪੋਹ ਦੀਆਂ ਰਾਤਾਂ ਨੂੰ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ। ਸੋ ਇੱਥੋਂ ਦੇ ਸੇਵਾਦਾਰਾਂ ਤੋਂ ਪੁੱਛਦੀ ਹਾਂ ਇੱਥੋਂ ਦਾ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜਿੰਨੀਆਂ ਵੀ ਸੰਗਤਾਂ ਇਸ ਵਕਤ ਧੰਨ ਧੰਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਵਿੱਤਰ ਯਾਦਗਾਰ ਸਥਾਨ 'ਤੇ ਹਾਜ਼ਰੀਆਂ ਲਵਾ ਰਹੇ ਹੋ, ਸੋ ਆਪ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਇਹ ਉਹ ਪਾਵਨ ਅਸਥਾਨ ਹੈ ਜੋ ਕਿ ਧੰਨ ਧੰਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਨੂੰ ਸਮਰਪਿਤ ਬਣਾਇਆ ਗਿਆ ਹੈ। ਧੰਨ ਧੰਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ, ਜਿਨ੍ਹਾਂ ਨੇ ਸੂਬੇ ਵਜੀਦ ਖਾਨ ਦੇ ਕਚਹਿਰੀ ਵਿੱਚ ਨੌਕਰੀ ਕਰਦੇ ਹੋਏ ਵੀ ਧੰਨ ਧੰਨ ਜਗਤ ਮਾਤਾ ਗੁਜਰ ਕੌਰ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਤਿੰਨ ਦਿਨ ਤਿੰਨ ਰਾਤਾਂ ਸੂਬੇ ਤੋਂ ਚੋਰੀ ਆਪਣੇ ਘਰੋਂ ਦੁੱਧ ਲਿਆ ਕੇ ਛਕਾਉਣਿਆ। ਦੁੱਧ ਛਕਾਉਣ ਦੇ ਬਦਲੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਉਹ ਗਲਾਸ ਹਨ ਜਿਨ੍ਹਾਂ ਗਲਾਸਾਂ ਦੇ ਵਿੱਚ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ, ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਲਾਇਆ ਕਰਦੇ ਸਨ। ਇਹ ਅਮਰ ਸ਼ਹੀਦਾਂ ਦੀਆਂ ਯਾਦਾਂ ਹਮੇਸ਼ਾ ਅਮਰ ਰਹਿਣੀਆਂ ਨੇ। ਸੂਬੇ ਵਜੀਦ ਖਾਨ ਨੂੰ ਉਸਦਾ ਤਾਂ ਕੋਈ ਨਾਮ ਨਿਸ਼ਾਨ ਰਿਹਾ ਹੀ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਨੇ ਇੱਟ ਨਾਲ ਇੱਟ ਖੜਕਾਈ ਅਤੇ ਸੂਬੇ ਵਜੀਦ ਖਾਨ ਦਾ ਸੋਧਾ ਲਾਇਆ। ਸ਼ਹੀਦਾਂ ਦੀਆਂ ਯਾਦਾਂ ਅੱਜ ਵੀ ਨਿਸ਼ਾਨ ਸਾਹਿਬ ਝੂਲ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹਿੰਦੇ ਨੇ ਕਿ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਏ ਗੁਣੀ ਨਿਧਾਨ। ਜਿਹੜਾ ਸੇਵਾ ਕਰਦਾ ਉਹਨੂੰ ਮਾਣ ਜ਼ਰੂਰ ਪ੍ਰਾਪਤ ਹੁੰਦਾ ਹੈ। ਐਡਾ ਵੱਡਾ ਗੁਰਦੁਆਰਾ ਸਾਹਿਬ ਹੈ ਮੋਤੀ ਰਾਮ ਮਹਿਰਾ ਜੀ ਦਾ ਅਤੇ ਸੰਗਤਾਂ ਆਉਂਦੀਆਂ ਨੇ। ਆਓ ਸੰਗਤਾਂ ਤੋਂ ਪੁੱਛਦੇ ਹਾਂ ਕਿ ਮੋਤੀ ਰਾਮ ਮਹਿਰਾ ਜੀ ਬਾਰੇ ਤੁਸੀਂ ਕੀ ਜਾਣਦੇ ਹੋ? ਹੈਲੋ, ਗੁਰੂ ਮੋਤੀ ਰਾਮ ਮਹਿਰਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਂਦੇ ਹੁੰਦੇ ਸੰਡੇ ਬੁਰਜ 'ਚ ਜਾ ਕੇ। ਉਹ ਗਲਾਸ ਇਸ ਗੁਰਦੁਆਰੇ 'ਚ ਸਥਾਪਿਤ ਕੀਤੇ ਹੋਏ ਨੇ। ਅਸੀਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਇਸ ਗੁਰਦੁਆਰੇ 'ਚ ਪਹੁੰਚੇ ਹਾਂ। ਅਤੇ ਤੁਹਾਨੂੰ ਪਤਾ ਹੈ ਕਿ ਮੋਤੀ ਰਾਮ ਮਹਿਰਾ ਜੀ ਨੇ ਜਦੋਂ ਦੁੱਧ ਪਿਲਾਇਆ ਸੀ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨਾਲ ਕੀ ਕੀਤਾ ਗਿਆ ਸੀ? ਉਹਨਾਂ ਦੇ ਪਰਿਵਾਰ ਨੂੰ ਉਹਨਾਂ ਛੋਟੇ ਬੱਚਿਆਂ ਨੂੰ ਕੋਹਲੂ ਦੇ ਵਿੱਚ ਪੀੜਿਆ ਗਿਆ ਸੀ, ਸਾਰੇ ਪਰਿਵਾਰ ਨੂੰ। ਅਤੇ ਛੋਟੇ ਛੋਟੇ ਬੱਚੇ ਸੀ ਉਹਨਾਂ ਨੂੰ ਵੀ ਕੋਹਲੂ ਦੇ ਵਿੱਚ ਪੀੜਿਆ ਗਿਆ ਸੀ, ਜਿਹਨਾਂ ਦਰਸ਼ਨ ਕਰਕੇ ਸਾਡਾ ਮਨ ਪ੍ਰਸੀਜ ਜਾਂਦਾ। ਸੋ ਆਓ ਸੰਗਤਾਂ ਤੋਂ ਪੁੱਛਦੇ ਹਾਂ ਇਹਨਾਂ ਦੀ ਕਿੰਨੀ ਸ਼ਰਧਾ ਹੈ ਸਿੱਖ ਇਤਿਹਾਸ ਦੇ ਲਈ ਅਤੇ ਕਿੰਨਾ ਕੁ ਜਾਣਦੇ ਨੇ ਸਿੱਖ ਇਤਿਹਾਸ ਬਾਰੇ? ਅਸੀਂ ਇੱਥੋਂ ਚੰਡੀਗੜ੍ਹ ਤੋਂ ਆਏ ਹਾਂ, ਜਿੱਦਾਂ ਮਤਲਬ ਸਾਨੂੰ ਇੰਨਾ ਨੌਲੇਜ ਤਾਂ ਨਹੀਂ ਹੈ, ਬਟ ਸਾਡੇ ਜਿਹਦੇ ਮਤਲਬ ਦਾਦੀ ਅੰਮਾ ਨਾਨੀਆਂ ਸਭ ਸਾਨੂੰ ਬੋਲਦੇ ਨੇ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕਿ ਕਿੱਦਾਂ ਛੋਟੇ ਸਾਹਿਬਜ਼ਾਦਿਆਂ ਨੂੰ ਕੀ ਹੋਇਆ ਉਹਨਾਂ ਨਾਲ, ਕੀ ਨਹੀਂ ਹੋਇਆ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਘੱਟ ਪਤਾ ਲੱਗਦਾ ਇਹਨਾਂ ਚੀਜ਼ਾਂ ਬਾਰੇ। ਫਿਰ ਅਸੀਂ ਤਾਂ ਕਰਕੇ ਸਾਨੂੰ ਨਾਨੀ ਹੋਣੀ ਸਭ ਚੰਡੀਗੜ੍ਹ ਤੋਂ ਲੈ ਕੇ ਆਏ ਨੇ ਅਤੇ ਅਸੀਂ ਇੱਥੇ ਪਹੁੰਚੇ। ਸਾਨੂੰ ਇੱਥੇ ਪਤਾ ਲੱਗਿਆ ਕਿ ਇੱਥੇ ਮੋਤੀ ਰਾਮ ਜੀ ਨੇ ਮਤਲਬ ਇੱਥੇ ਜਿਹੜੇ ਗਲਾਸ 'ਚ ਜਿਹੜਾ ਦੁੱਧ ਪਿਆਇਆ ਸੀ ਉਹਨਾਂ ਨੂੰ, ਉਹ ਇੱਥੇ ਸਥਾਪਿਤ ਕੀਤੇ ਹੋਏ ਨੇ। ਕੀ ਤੁਹਾਨੂੰ ਪਤਾ ਉਹਨਾਂ ਨੇ ਆਪਣੀ ਜਾਨ 'ਤੇ ਖੇਲ ਕੇ ਉਹਨਾਂ ਨੇ ਜ਼ਿੰਦਗੀ ਦੀ ਕਮਾਈ ਪਹਿਲਾਂ ਉਹਨਾਂ ਨੂੰ ਦਿੱਤੀ ਸੋਨੇ ਦੀ ਮੋਹਰਾਂ, ਫਿਰ ਦੁੱਧ ਪਿਲਾਇਆ ਸੀ? ਹਾਂਜੀ, ਅਤੇ ਉਹਨਾਂ ਨੇ ਬਹੁਤ ਕੀਤਾ ਆਪਣੇ ਮਤਲਬ ਚਾਰ ਸਾਹਿਬਜ਼ਾਦਿਆਂ ਦੇ ਵਾਸਤੇ, ਅਤੇ ਉਹਨਾਂ ਨੇ ਆਪਣੀ ਜਾਨ 'ਤੇ ਖੇਡ ਕੇ ਉਹਨਾਂ ਨੂੰ ਦੁੱਧ ਪਿਆਇਆ ਸੀਗਾ। ਅਤੇ ਜਿਹੜੇ ਉੱਥੇ ਉਹ ਅੱਜ ਦੇ ਟਾਈਮ ਦੇ ਵਿੱਚ ਇੰਨੀ ਚੀਜ਼ਾਂ ਸਾਂਭਣੀਆਂ ਆਪਣਾ ਪੁਰਾਣੇ ਟਾਈਮ ਦੀਆਂ ਬਹੁਤ ਔਖੀਆਂ ਨੇ, ਜਿਹੜੀ ਕਿ ਸਾਡੇ ਸਿੱਖਾਂ ਵਿੱਚ ਸਾਂਭ ਕੇ ਰੱਖੀਆਂ।